ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਮਨ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਮੈਂ ਤੁਹਾਡੇ ਲਈ ਦੋ ਨਵੀਂ ਰਿਕਰੂਟਮੈਂਟ ਨੋਟੀਫਿਕੇਸ਼ਨ ਦਾ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੇ ਵਿੱਚ ਨਿਕਲ ਆ ਚੁੱਕੇ ਨੇ, ਜਿਸ ਦੇ ਵਿੱਚ 7,791 ਪੋਸਟਾਂ ਜਿਹੜੀਆਂ ਨੇ ਜੀ ਆਊਟ ਕਰ ਦਿੱਤੀਆਂ ਗਈਆਂ ਨੇ। ਸੋ ਇਸ ਵੀਡੀਓ ਨੂੰ ਪੂਰਾ ਤੁਸੀਂ ਦੇਖਣਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿਹੜੇ ਕਿਹੜੇ ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ, ਔਰ ਤੁਸੀਂ ਇਹਨਾਂ ਪੋਸਟਾਂ ਲਈ ਕਿੱਦਾਂ ਅਪਲਾਈ ਕਰ ਸਕਦੇ ਹੋ। ਸੋ ਪੂਰਾ ਬਰੀਫ 'ਚ ਗੱਲ ਕਰਾਂਗੇ। ਸੋ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ, ਅਗਰ ਤੁਸੀਂ ਸਾਡੇ ਚੈਨਲ 'ਤੇ ਫਸਟ ਟਾਈਮ ਆ ਰਹੇ ਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇਣਾ। ਉਹਦੇ ਨਾਲ ਹਰ ਇੱਕ ਲੇਟੈਸਟ ਅਪਡੇਟ ਜੋ ਕਿ ਜੋਬ ਦੇ ਰਿਲੇਟਡ ਹੋਣ, ਚਾਹੇ ਕੋਈ ਗਵਰਨਮੈਂਟ ਅਨਾਊਂਸਮੈਂਟ ਹੋਵੇ, ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇਗੀ ਅਤੇ ਤੁਸੀਂ ਸਮਾਂ ਰਹਿੰਦੇ ਉਹਦੇ ਲਈ ਅਪਲਾਈ ਵੀ ਕਰ ਪਾਓਗੇ। ਬਹੁਤ ਸਾਰੀ ਇੱਦਾਂ ਦੀ ਵੈਕੈਂਸੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਵੀਡੀਓ ਨਹੀਂ ਬਣਾ ਪਾਉਂਦੇ ਅਸੀਂ, ਲੇਕਿਨ ਉਹਦੇ ਲਈ ਤੁਸੀਂ ਸਿੰਪਲੀ ਕੀ ਕਰਨਾ, ਗੂਗਲ ਵਿੱਚ ਜਾ ਕੇ ਟਾਈਪ ਕਰਨਾ kluri.com, ਪਹਿਲੇ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਮਿਲ ਜਾਏਗੀ, ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ। ਉਹਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਈਮੇਲ ਬਾਕਸ ਦੇ ਵਿੱਚ ਮਿਲਦਾ ਰਹੇਗਾ ਅਤੇ ਸਮਾਂ ਰਹਿੰਦੇ ਤੁਸੀਂ ਇਹਨਾਂ ਸਾਰੀਆਂ ਪੋਸਟਾਂ ਦੇ ਲਈ ਅਪਲਾਈ ਵੀ ਕਰ ਪਾਓਗੇ। ਅਤੇ ਚਲੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਵੱਲ, ਅਤੇ ਉੱਥੇ ਦੱਸਦੇ ਹਾਂ ਸਟੈਪ ਬਾਏ ਸਟੈਪ ਦੋਨਾਂ ਨੋਟੀਫਿਕੇਸ਼ਨ ਦੇ ਬਾਰੇ ਵਿੱਚ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੇ ਨੋਟੀਫਿਕੇਸ਼ਨ ਦੇ ਬਾਰੇ ਵਿੱਚ। ਪਹਿਲੀ ਪੋਸਟ ਦੀ ਅਗਰ ਅਸੀਂ ਗੱਲ ਕਰਦੇ ਹਾਂ, ਇਹ ਵੈਕੈਂਸੀ ਜਿਹੜੀਆਂ ਨੇ ਜੀ ਆਊਟ ਕੀਤੀਆਂ ਗਈਆਂ ਨੇ ਪੰਜਾਬ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਵੱਲੋਂ। ਇਸ ਦੇ ਵਿੱਚ 30 ਜੁਲਾਈ 2021 ਤੋਂ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਾ ਹੈ, ਐਪਲੀਕੇਸ਼ਨਾਂ ਅਪਲਾਈ ਕਰਨੀਆਂ ਆਲਰੇਡੀ ਸਟਾਰਟ ਨੇ, ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਲਾਸਟ ਡੇਟ ਜਿਹੜੀ ਅਪਲਾਈ ਕਰਨ ਦੀ ਹੈਗੀ ਹੈ ਜੀ 28 ਅਗਸਤ 2021 ਹੈ। ਇਹਦੇ 'ਚ ਸਾਰੇ ਮੇਲ ਅਤੇ ਫੀਮੇਲ ਕੈਂਡੀਡੇਟ ਦੋਨੋਂ ਹੀ ਐਲੀਜੀਬਲ ਨੇ ਅਤੇ ਅਪਲਾਈ ਕਰ ਸਕਦੇ ਨੇ। ਰਿਕਰੂਟਮੈਂਟ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਪਾ ਰਹੇ ਹੋ ਜੀ 91/2021/4664/2021/1 ਜਿਹੜਾ ਜੀ ਇਹਦਾ ਐਪਲੀਕੇਸ਼ਨ ਨੰਬਰ ਹੈ। ਸੋ ਤੁਸੀਂ ਅਫੀਸ਼ੀਅਲ ਵੈਬਸਾਈਟ ਵੀ ਦੇਖ ਪਾ ਰਹੇ ਹੋ। ਇਸ ਦੇ ਵਿੱਚ ਜਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ, ETT ਕਾਡਰ ਦੀਆਂ ਨੇ 635 ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਜੀ ਉਹ ਅਪਲਾਈ ਕਰ ਸਕਦੇ ਨੇ। ਅਗਰ ਅਸੀਂ ਸੈਲਰੀ ਦੀ ਇਸ ਦੇ ਵਿੱਚ ਗੱਲ ਕਰਦੇ ਹਾਂ ਜੀ, 29,200 ਜਿਹੜੀ ਹੈ ਜੀ ਤੁਹਾਡੀ ਸੈਲਰੀ ਜਿਹੜੀ ਸਟਾਰਟਿੰਗ ਇਸ ਦੇ ਵਿੱਚ ਰਹਿਣ ਵਾਲੀ ਹੈ, ਔਰ ਇਸ ਦੇ ਵਿੱਚ ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟ ਜਿਹੜੇ ਨੇ ਉਹ ਐਲੀਜੀਬਲ ਨੇ ਅਤੇ ਅਪਲਾਈ ਕਰ ਸਕਦੇ ਨੇ। ਇਸ ਤੋਂ ਬਾਅਦ ਲਿੰਕ ਦੀ ਅਗਰ ਅਸੀਂ ਗੱਲ ਕਰੀਏ, ਮੈਂ ਤੁਹਾਨੂੰ ਸਾਰੇ ਹੀ ਲਿੰਕ ਜਿਹੜੇ ਨੇ ਨਾਲ ਦੀ ਨਾਲ ਦੇਣਾ ਇਸ ਪੋਸਟ ਦੇ ਵਿੱਚ ਵੀ ਦੇਖ ਪਾ ਰਹੇ ਹੋ ਤੁਸੀਂ। ਸਭ ਤੋਂ ਪਹਿਲਾਂ ਤਾਂ ਇੱਥੇ ਅਪਲਾਈ ਕਰਨ ਦਾ ਲਿੰਕ ਹੈ, ਇਹਦੇ ਲਈ ਤੁਸੀਂ ਔਨਲਾਈਨ ਅਪਲਾਈ ਕਰਨਾ ਹੈ। ਫਸਟ ਸਟੈਪ ਜਿਹੜਾ ਰਹਿੰਦਾ ਹੈ ਜੀ ਰਜਿਸਟ੍ਰੇਸ਼ਨ ਦਾ ਰਹੇਗਾ। ਜਿੱਦਾਂ ਹੀ ਤੁਸੀਂ ਕਲਿੱਕ ਕਰੋਗੇ ਇਸ ਲਿੰਕ ਦੇ ਉੱਪਰ, ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਡਿਵਰਟ ਕਰ ਦਿੱਤੇ ਜਾਓਗੇ। ਉੱਥੇ ਸਭ ਤੋਂ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਨੀ ਪਏਗੀ। ਜਿੱਦਾਂ ਤੁਸੀਂ ਆਪਣਾ ਈਮੇਲ ID, ਮੋਬਾਈਲ ਨੰਬਰ ਅਤੇ ਆਪਣਾ ਨਾਮ ਭਰ ਕੇ ਕਲਿੱਕ ਕਰੋਗੇ, ਰਜਿਸਟ੍ਰੇਸ਼ਨ ਕੰਪਲੀਟ ਹੋ ਜਾਏਗੀ। ਰਜਿਸਟ੍ਰੇਸ਼ਨ ਕੰਪਲੀਟ ਕਰ ਲੈਣ ਤੋਂ ਬਾਅਦ ਤੁਹਾਡੇ ਕੋਲ ਯੂਜ਼ਰ ਨੇਮ ਪਾਸਵਰਡ ਆ ਜਾਏਗਾ, ਜਿਹਨੂੰ ਤੁਹਾਨੂੰ ਲੌਗਇਨ ਵਾਲੇ ਸਟੈਪ 'ਤੇ ਕਲਿੱਕ ਕਰਕੇ ਲੌਗਇਨ ਕਰਨਾ ਹੋਏਗਾ। ਉੱਥੇ ਐਪਲੀਕੇਸ਼ਨ ਫਾਰਮ ਜਿਹੜਾ ਜੀ ਪੂਰਾ ਓਪਨ ਹੋ ਜਾਏਗਾ, ਤੁਹਾਨੂੰ ਐਪਲੀਕੇਸ਼ਨ ਫਾਰਮ ਜਿਹੜਾ ਪੂਰਾ ਫਿਲ ਕਰਨਾ ਹੋਏਗਾ। ਪੂਰੀ ਡਿਟੇਲ ਜਿਹੜੀ ਤੁਹਾਡੀਆਂ ਮੰਗੀਆਂ ਗਈਆਂ ਨੇ, ਜਿੱਦਾਂ ਕਿ ਤੁਹਾਡਾ ਨਾਮ, ਤੁਹਾਡੀ ਕੁਆਲੀਫਿਕੇਸ਼ਨ, ਤੁਹਾਡਾ ਐਕਸਪੀਰੀਅੰਸ ਅਤੇ ਬਾਕੀ ਸਾਰੇ ਤੁਹਾਡੇ ਪਰਸਨਲ ਡਿਟੇਲ, ਜਿੱਦਾਂ ਕਿ ਤੁਹਾਡਾ ਐਡਰੈਸ ਹੋ ਗਿਆ, ਤੁਹਾਡੀ ਕੈਟਾਗਰੀ ਕਿਹੜੀ ਹੈ ਜੀ, ਕਾਸਟ ਕਿਹੜੀ, ਉਹ ਸਾਰਾ ਲਿਖਣੀਆਂ ਪੈਣੀ ਹੈ ਤੁਹਾਨੂੰ। ਉਹ ਤੋਂ ਬਾਅਦ ਤੁਸੀਂ ਉਹਨੂੰ ਆਪਣੇ ਡਾਕੂਮੈਂਟ ਅਪਲੋਡ ਕਰ ਲੈਣ ਤੋਂ ਬਾਅਦ ਸਬਮਿਟ ਕਰ ਦੇਵੋਗੇ, ਅਤੇ ਸਬਮਿਟ ਕਰ ਲੈਣ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਜੀ ਪੂਰੀ ਤਰ੍ਹਾਂ ਨਾਲ ਸਬਮਿਟ ਹੋ ਜਾਂਦੀ ਹੈ। ਨੋਟੀਫਿਕੇਸ਼ਨ PDF ਦੀ ਗੱਲ ਕਰਦੇ ਹਾਂ ਤਾਂ ਸੈਕਿੰਡ ਨੰਬਰ 'ਤੇ ਤੁਸੀਂ ਨੋਟੀਫਿਕੇਸ਼ਨ PDF ਵੀ ਦੇਖ ਪਾ ਰਹੇ ਹੋ। ਇੱਥੇ ਕਲਿੱਕ ਕਰਕੇ ਡਾਊਨਲੋਡ ਕਰਕੇ ਇੱਕ ਵਾਰੀ ਪੂਰਾ ਜ਼ਰੂਰ ਰੀਡ ਆਊਟ ਕਰ ਲੈਣਾ ਜੀ। ਇਸ ਦੇ ਵਿੱਚ ਜਿਹੜੀਆਂ ਐਲੀਜੀਬਿਲਿਟੀ ਦੀ ਗੱਲ ਕਰੀਏ ਤਾਂ ਜਿਨ੍ਹਾਂ ਨੇ 10th+2 ਪਾਸ ਕੀਤੀ ਹੋਈ ਹੈ ਕਿਸੇ ਵੀ ਰਿਕੋਗਨਾਈਜ ਬੋਰਡ ਯੂਨੀਵਰਸਿਟੀ ਤੋਂ, ਅਤੇ 2 ਸਾਲ ਦਾ ਐਲੀਮੈਂਟਰੀ ਟੀਚਰ ਟ੍ਰੇਨਿੰਗ ਕੋਰਸ ਕੀਤਾ ਹੋਇਆ, ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਅਗਰ ਇਸ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਰਿਟਨ ਐਗਜ਼ਾਮ ਹੋਏਗਾ, ਫਿਰ ਉਸ ਤੋਂ ਬਾਅਦ ਤੁਹਾਡੇ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਨੰਬਰ ਜਿਹੜੇ ਨੇ ਐਡ ਕੀਤੇ ਜਾਣਗੇ, ਅਤੇ ਮੈਰਿਟ ਬੇਸਿਸ 'ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਉਹ ਹੋਣ ਵਾਲੀ ਹੈ। ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਐਪਲੀਕੇਸ਼ਨ ਫੀ ਦੀ, ਤਾਂ ਜਨਰਲ OBC EWS ਅਤੇ ਅਨਰਿਜ਼ਰਵ ਕੈਟਾਗਰੀ ਦੇ ਕੈਂਡੀਡੇਟ ਦੇ ਲਈ ਹਜ਼ਾਰ ਰੁਪਏ ਜਿਹੜਾ ਜੀ ਉਹਨਾਂ ਨੂੰ ਪੇ ਕਰਨਾ ਪਏਗਾ। SC ਕੈਂਡੀਡੇਟ ਦੇ ਲਈ 500 ਰੁਪੀਸ ਜਿਹੜੇ ਨੇ ਜੀ ਤੁਹਾਨੂੰ ਇੱਥੇ ਪੇਮੈਂਟ ਕਰਨੀ ਹੋਏਗੀ। ਮੋਡ ਆਫ ਐਪਲੀਕੇਸ਼ਨ ਜਿੱਦਾਂ ਦੱਸਿਆ, ਔਨਲਾਈਨ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਜਿੱਦਾਂ ਤੁਸੀਂ ਐਪਲੀਕੇਸ਼ਨ ਸਬਮਿਟ ਕਰ ਦਿੰਦੇ ਹੋ, ਐਪਲੀਕੇਸ਼ਨ ਸਬਮਿਟ ਕਰ ਲੈਣ ਤੋਂ ਬਾਅਦ ਤੁਹਾਨੂੰ ਉੱਥੇ ਆਪਸ਼ਨ ਮਿਲ ਜਾਂਦੀ ਹੈ ਅਤੇ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਹੈ ਜੀ ਉਹ ਸਬਮਿਟ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਸੈਕਿੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ, ਜੋ ਕਿ ਪੰਜਾਬ ਦੇ ਵਿੱਚ ਆਊਟ ਕੀਤਾ ਗਿਆ ਹੈ ਜੀ। ਸੈਕਿੰਡ ਨੋਟੀਫਿਕੇਸ਼ਨ ਪੰਜਾਬ ਪੁਲਿਸ ਦੇ ਬਿਲਕੁਲ ਫਰੈਸ਼ ਲੇਟੈਸਟ ਰਿਕਰੂਟਮੈਂਟ ਨੋਟੀਫਿਕੇਸ਼ਨ ਜਿਹੜੇ ਜੀ ਆਊਟ ਕੀਤਾ ਗਿਆ ਹੈ। ਸੋ ਇਸ ਦੇ ਵਿੱਚ ਅਸੀਂ ਗੱਲ ਅਗਰ ਕਰੀਏ ਤਾਂ ਅਗਸਤ 'ਚ ਇਹਦੀ ਆਲਰੇਡੀ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ। ਸੋ ਇਸ ਦੇ ਵਿੱਚ ਉਹਨਾਂ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਜਿਹੜਾ ਤੁਸੀਂ ਦੇਖ ਪਾ ਰਹੇ ਹੋ। ਅਪਲਾਈ ਕਰਨ ਦੇ ਵਿੱਚ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਸ ਹੈਲਪਲਾਈਨ 'ਤੇ ਕਾਲ ਕਰਕੇ ਆਪਣੀ ਸਾਰੀ ਇਨਕੁਆਇਰੀ, ਰਿਕੁਐਸਟ ਜਾਂ ਕੰਪਲੇਂਟ ਜਿਹੜੀ ਹੈ ਜੀ ਕਰ ਸਕਦੇ ਹੋ। ਮੇਲ ਅਤੇ ਫੀਮੇਲ ਕੈਂਡੀਡੇਟ ਦੋਨੋਂ ਹੀ ਜਿਹੜੇ ਨੇ ਐਲੀਜੀਬਲ ਨੇ। ਸੈਲਰੀ ਦੀ ਅਗਰ ਮੈਂ ਗੱਲ ਕਰਾਂ, ਸਟਾਰਟਿੰਗ ਸੈਲਰੀ ਤੁਹਾਡੀ 19
सो इस भी नैक्सट अगर अभी गल करिए सिलेक्शन प्रोसैस की, इस अगर सिलेक्शन प्रोसैस थोड़ा होएगा कंप्यूटर बेस एग्जाम होएगा, उस तो बाद PMT मतलब फिजिकल मयरमेंट टैस होएगा, नैक्सट जो जी PST फिजिकल स्क्रीनिंग टैसट के थ्रू ही थोड़ी फाइनल जी सिलेक्शन है जी वो होएगी। इस वैकेंसी जी ने कॉन्सटेबल इनवैसटिगेशन काडर दिया ते इंटेलिजेंस असिस्टेंट दिया काडर दिया जी वैकेंसीज ने वो आउट की गई ने पंजाब पुलिस के। इस टोटल अगर दोनों की आम पुलिस काडर की गल करिए 2343 पोस्टा ने, डिस्ट्रिक्ट पुलिस काडर दिया 2015 वैकेंसी जीडिया ने जी वो आउट की गई ने। इस एप्लीकेशन फी की मैं अगर गल करदा है तो इस जनरल कैटेगरी के लिए 1000 रुपया पे करना पेगा, SC ST तो सारे स्टेट के जो BC कैंडिडेट है उन्होंने जो 550 रुपये ने, EWS कैंडिडेट के लिए 550 रुपये पे करने पैणगे, एक्स सर्विसमैन पंजाब के ठीक है जी उन्होंने 400 रुपया तुम्हें एप्लीकेशन फी जी है जी पे करनी होएगी। इस अगर असी गल करिए क्वालिफिकेशन की, तुसी ग्रेजुएशन की हुई है किसी भी रिकोगनाइज बोर्ड यूनिवर्सिटी तो या फिर तुहाडे को ओ लेवल सर्टिफिकेट है इनफॉर्मेशन टेक्नोलॉजी तो जिहड़ा कि नैशनल इंस्टीट्यूट ऑफ इलेक्ट्रॉनिक्स एंड इनफॉर्मेशन तो किया होया या टेक्नोलॉजी NIELIT तो किया होया तो जिहड़ा जी इहदे लिए अप्लाई कर सकते हो। एज लिमिट की गल करिए 21 साल तो लैके 28 साल तक के कैंडिडेट एलीजिबल ने, तो नाल दी नाल इस दे विच तुहानू एज रिलैक्सेशन भी जिहड़ा है जी वो दिता जाएगा। नैक्सट रिक्वायर्ड लिंक की अगर मैं गल करदा पंजाब पुलिस के कॉन्सटेबल तुहानू इत्थे क्लिक करना होएगा, जिदा मैं तुहानू पहलो दस्या है उदा ही तुसी इहदे लई जिहड़ा है जी वो अप्लाई करना होएगा, और तुहानू जिहड़ा है सब सेम रजिस्ट्रेशन तो बाद लॉगिन करके अपने सारे डॉक्यूमेंट अपलोड करके सबमिट कर लेना है जी। उस तो बाद नैक्सट अगर असी गल करिए नोटिफिकेशन की, इतने तुसी डाउनलोड करके डायरेक्ट जिहड़ा है जी अपना चैक कर सकते हो तो डाउनलोड भी कर पाओगे अपने सारे जिहड़े नोटिफिकेशन मैं तुहानू दसे हुए हैं जी। उस तो बाद नैक्सट अगर असी गल करिए एलीजिबिलिटी की, इस भी जिदा तुहानू मैं दस्या 3 स्टैप के थ्रू एनी ग्रैजुएट कैंडिडेट जिहड़े ने जी अपलाई कर सकते हैं, और होर कोई अगर तुहानू कोई डाउट हैगा तुसी सानू कमेंट बॉक्स में कमेंट करके दस सकते हो, मैं तुहाडे लई नवें नवें रिक्रूटमेंट नोटिफिकेशन लैके आंदा ही रहूँगा। सो ये दो नोटिफिकेशन जिहड़े कि पंजाब विच लेटेस्ट आउट किए गए हैं, तुसी अगर अगे इन लिए अप्लाई नहीं किया है तो जल्दी नाल अप्लाई कर लवो क्योंकि इन्हां दी लास्ट डेट हले अवेलेबल है। सो मैं तुहाडे लई नवें नवें अपडेट लैके आंदा ही रहूँगा। सो ये जी अज के दो नवें अपडेट, तुसी चाहते हो किसी गवर्नमेंट जॉब की तैयारी कर रहे हो उसके लिए बेस्ट स्टडी मटीरियल इस वीडियो डिस्क्रिप्शन बॉक्स के तुहानू मिल जाएगा, तुसी इत्थों डाउनलोड करके अपनी तैयारी पक्की कर सकते हो जी। मैं तुहाडे लई नवें नवें रिक्रूटमेंट नोटिफिकेशन लैके आंदा ही रहांगा। तो मिलांगा जी नवी वीडियो च नवी जानकारी दे नाल, तद तक दे लई धन्नवाद जी।